ਮੇਰੇ ਵਾਰੀ ਤੁਹਾਨੂੰ ਰਹਿਰਾਸ ਚੇਤੇ ਆ ਗਈ, ਮੈਂ ਫਤਿਹ ਬੁਲਾ ਦਿੰਦਾ। ਅਜੇ ਤੇ ਮੈਂ ਤੁਹਾਡੇ ਵੱਲ ਵੀ ਆਉਣਾ ਹੈ, ਤੁਹਾਡੀ ਸਚਾਈ ਦਾ ਪ੍ਰਬੰਧ ਹੀ ਕੋਈ ਨਹੀਂ। ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਕੇਂਦਰ ਹੈ, ਗੁਰੂ ਗ੍ਰੰਥ ਸਾਹਿਬ ਜੀ ਕੇਂਦਰ ਨੇ। ਮੈਂ ਰਹਿਰਾਸ ਸਭ ਤੋਂ ਪਹਿਲਾਂ ਸੰਪੂਰਨਤਾ ਕਰਾਂਗਾ ਜੀ, ਮੇਰੇ ਵਾਰੀ ਤੁਹਾਨੂੰ ਰਹਿਰਾਸ ਚੇਤੇ ਆ ਗਈ, ਮੈਂ ਫਤਿਹ ਬੁਲਾ ਦਿੰਦਾ। ਬੁਲਾਰਿਆਂ ਦਾ ਪਹਿਲਾਂ ਧਿਆਨ ਰੱਖਣਾ ਸੀ, ਅਜੇ ਤੇ ਮੈਂ ਤੁਹਾਡੇ ਵੱਲ ਵੀ ਆਉਣਾ ਹੈ, ਤੁਹਾਡੀ ਸਚਾਈ ਦਾ ਪ੍ਰਬੰਧ ਹੀ ਕੋਈ ਨਹੀਂ। ਬੇਨਤੀ ਕਰ ਰਿਹਾ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਸਰੂਪ ਅਮਰੀਕਾ ਦੇ ਵਿੱਚੋਂ ਫੜੇ। ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਕੇਂਦਰ ਹੈ, ਗੁਰੂ ਗ੍ਰੰਥ ਸਾਹਿਬ ਜੀ ਕੇਂਦਰ ਨੇ, ਕੇਂਦਰਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ, ਔਰ ਜਿਹੜੇ ਬੰਦੀ ਬੈਠੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੇਂਦਰਿਤ ਬੈਠੇ ਨੇ, ਉਹ ਬਾਹਰੋਂ ਨਹੀਂ। ਤੁਸੀਂ ਮੈਕ ਫੜ ਲਓ ਜੀ, ਮੈਂ ਫੜਾ ਦਿੰਦਾ, ਮੈਂ ਕੀ ਕਰਨਾ। ਤੁਸੀਂ ਆਪਣੀ ਇਹ ਮੋਰਚਾ ਪਹਿਲੇ ਦਿਨ ਤੋਂ ਸਪਸ਼ਟ ਕਰਦਾ, ਸੋ ਮੇਰੀ ਬੇਨਤੀ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਹਾਂ, ਸੋ ਬੈਠੋ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਬੋਲੇ ਸੋ ਬਿਹਾਰ। ਕਿਰਪਾ ਕਰਕੇ ਜੇ ਤੁਸੀਂ ਕੁਝ ਸੁਣਨਾ ਚਾਹੁੰਦੇ ਹੋ, ਜੇ ਕਿਤੇ ਤੁਸੀਂ ਵਾਕਿਆ ਸੁਣਨਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੋ, ਬੈਠੋ। ਨਹੀਂ ਚਾਹੁੰਦੇ, ਮੇਰੀ ਗੱਲ ਸੁਣੋ। ਨਿਮਰਤਾ ਸਾਹਿਬ, ਬੇਨਤੀ ਆ ਵੀ 2 ਮਿੰਟ ਦਿਓ, ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ, ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ। ਮੇਰਾ ਤੁਹਾਡੇ ਚਰਨਾਂ ਵਿੱਚ ਸੀ ਝੁਕਦਾ, ਮੈਂ ਤੁਹਾਨੂੰ ਕਾਰਨ ਦੱਸਣਾ ਚਾਹੁੰਦਾ, ਕਾਰਨ। ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ, ਪਹਿਲਾਂ ਬੈਠੋ। ਮੈਂ ਪੰਕਤੀਆਂ ਪੜਨੀਆਂ ਵਾ 4-5, ਸੁਣ ਦੀ ਕਿਰਪਾਲਤਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੂਦੇ ਕੋ ਜਾਵੋ। ਦੂਤ ਕਰਮ ਸੁਰਪੁਰ ਸਮਾਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਾਮਾ ਅਵਰ ਅਵਰ ਅਵਰ। ਜਿੰਨਾ ਚਿਰ ਸਾਡਾ ਭਾਂਡਾ ਸਾਫ਼ ਨਹੀਂ, ਉਹਨਾਂ ਚਿਰ ਸਾਡੇ ਅੰਦਰ ਦੀ ਤਬਦੀਲੀ ਨਹੀਂ ਆ ਸਕਦੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਹੋ, ਬੰਦਾ ਕੋਈ ਵਿਚਾਰ ਰੱਖਦਾ, ਤੁਸੀਂ ਸੁਣੋ। 1-2 ਮਿੰਟ ਸੁਣੋ, ਅਸੀਂ ਬੰਦ ਕਰਾਵਾਂਗੇ। ਸਾਡੀ ਇਹ ਡਿਊਟੀ ਆ, ਸਾਡਾ ਫਰਜ਼ ਵਾ, ਅਸੀਂ ਨਿਭਾਵਾਂਗੇ। ਇਹ ਜ਼ਰੂਰੀ ਨਹੀਂ ਹਰ ਇੱਕ ਵਿਚਾਰ, ਬੰਦੇ ਜੋ ਵਿਚਾਰ ਕਰਦਾ ਉਹਦਾ ਇੱਥੇ ਪ੍ਰਬੰਧਕ ਉਹਨਾਂ ਸਹਿਮਤ ਹੋਣ। ਅਸੀਂ ਹਰ ਤਰੀਕਾ ਹਰ ਹੀਲਾ ਲੱਭਾਂਗੇ। ਜਿਹੜੇ ਮੇਰੇ ਵੀਰ ਭੈਣਾਂ ਖੜੇ ਨੇ, ਫਿਰ ਬੇਨਤੀ ਹੈ, ਬੈਠ ਜਾਓ। ਆਪਾਂ ਮੋਰਚਾ ਜੱਟਣਾ,
ਕਿਉਂ ਆਪਾਂ ਖਿੰਡੇ ਆ ਉਹਦਾ ਕਾਰਨ ਕੀ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਸਾਨੂੰ ਕੋਈ ਸਮਝ ਨਹੀਂ ਆਉਂਦੀ। ਮੈਨੂੰ ਤੁਸੀਂ ਮੈਂ ਜੇ ਹੱਥ ਖੜੇ ਕਰਾਏ ਪੁੱਛਣ ਦੀ, ਤੁਸੀਂ ਪੁੱਛਣ ਦੀ ਮੈਂ ਬੇਨਤੀ ਕੀਤੀ, ਜੇ ਤੁਸੀਂ ਕਿਰਪਾਲਤਾ ਕਰਦੀ ਹੱਥ ਖੜੇ ਕਰਾਏ, ਮੇਰਾ ਘਰ 5% ਬੰਦੇ ਨਹੀਂ ਹੋਣੇ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਪਾਵਨ ਬਾਣੀ ਹੈ ਉਹ ਅਰਥਾ ਸਮੇਤ ਪੜ੍ਹੀ ਹੋਈ, ਫਿਰ ਬੰਦਾ ਕਦੀ ਨਹੀਂ ਉੱਚੀ ਬੋਲੂਗਾ। ਹਾਂ, ਵੱਖਰੇ ਵੱਖਰੇਵੇਂ ਹੋ ਸਕਦੇ ਆ, ਸਾਰੀ ਦੁਨੀਆ ਤੇ ਵੱਖਰੇਵੇਂ ਆ, ਕਿਉਂ ਨਹੀਂ ਹੋਣਗੇ? ਜਿੱਥੇ ਵੱਖਰੇਵੇਂ ਵੱਖਰੇਵੇਂ ਹੋਣੇ, ਪਰ ਬੇਨਤੀ ਇਹ ਆ ਕਿ ਇਸ ਆਹ ਜਿਹੜੀ ਸਟੇਜ ਆ ਇੱਥੋਂ ਹਰ ਉਸ ਮਨੁੱਖ ਦਾ ਸਨਮਾਨ ਕੀਤਾ ਜਾਂਦਾ ਹੈ, ਸਾਡਾ ਇਖਲਾਕੀ ਫਰਜ਼ ਵਾ, ਅਸੀਂ ਉਹਦਾ ਮਾਣ ਸਨਮਾਨ ਕਰਦੇ ਹਾਂ, ਉਹਨੂੰ ਟਾਈਮ ਦਿੰਦੇ ਹਾਂ, ਕਈਆਂ ਕੋਲ ਕਈਆਂ ਨੂੰ ਟਾਈਮ ਦੇ ਨਹੀਂ ਹੁੰਦਾ। ਪਰ ਸਭ ਤੋਂ ਜਿਹੜੀ ਵੱਡੀ ਸਮੱਸਿਆ ਇੱਥੇ ਆਪ ਸੁਣਦੇ ਹੋ, ਹੱਕ ਪਰਾਇਆ ਨਾਨਕਾ ਉਸ ਸੋਰ ਉਸ ਗਾਇਆ, ਟਾਈਮ ਦੂਸਰਿਆਂ ਦਾ ਖਾ ਜਾਣਾ ਇਹ ਵੀ ਹੱਕ ਪਰਾਇਆ। ਅਸੀਂ ਚਾਹੁੰਦੇ ਹਾਂ ਇਹ ਹੱਕ ਪਰਾਇਆ ਨਾ ਖਾ ਜਾਏ। ਸੋ ਮੇਰਾ ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਸੀਸ ਝੁਕਦਾ, ਸਾਡੇ ਪਾਸ ਬੁਲਾਰੇ ਵੀ ਨੇ, ਉਹਨਾਂ ਨੂੰ ਵੀ ਟਾਈਮ ਦੇਣਾ। ਇੱਕ ਵੀਰ ਦਾ ਆਹ ਜਿਹੜਾ ਆਧਾਰ ਕਾਰਡ ਗੁੰਮ ਹੋਇਆ